ਇੱਦਾਂ ਹੀ ਕਿਸਾਨ ਖਾਣ ਦੇ ਤੇਲ ਦੀ ਕੀਮਤ 200% ਪਿਛਲੇ 8-10 ਸਾਲਾਂ ਦੇ ਵਿੱਚ, ਗੈਸ ਦਾ ਸਿਲੰਡਰ 300 ਤੋਂ 900 ਮਿਲਦਾ 1100 ਨੂੰ ਬਲੈਕ 'ਚ, ਹਾਂਜੀ ਦਾਲਾਂ 200% ਅਤੇ ਉਸ ਗਰੀਬ ਦੀ ਦਿਹਾੜੀ 1% ਲੇਬਰ ਦੀ ਦਿਹਾੜੀ ਦਿਖਾ ਮਨਰੇਗਾ ਕਿੰਨੇ ਨੂੰ ਦਿੱਤੀ ਹੈ। ਇਹ ਤੇਰੇ ਪੈਸੇ ਨਹੀਂ ਲੱਗਦੇ ਮਿੱਤਰਾ, ਜੇ ਤੈਨੂੰ ਵੇਲ ਮਿਲੇ ਗੁੱਚੀ ਦੇ ਬੂਟਾਂ ਤੋਂ ਤਾਂ ਕਰੇ ਨਾ ਤੂੰ ਚੜ੍ਹ ਕੇ ਬਸ਼ਰਮਾ ਵਾਂਗੂ ਹਵਾਈ ਜਹਾਜ਼ਾਂ 'ਚ ਵੋਟਾਂ ਮੰਗਣ ਗਿਆ, ਨੋਟਾਂ ਨਾਲੋਂ ਘੱਟ ਪਈਆਂ ਵੋਟਾਂ। ਨੈਸ਼ਨਲ ਪਾਰਟੀ ਕਹਿੰਦੇ ਉਹ ਇੱਕ ਸੀਟ ਹੈ ਤੁਹਾਡੀ ਲੋਕ ਸਭਾ 'ਚ, ਅਤੇ ਕਹਿੰਦਾ ਏਕ ਥੀ ਕਾਂਗਰਸ, ਹਟ ਝੂਠਾ। ਜਿਹੜੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਨਹੀਂ ਦਿੰਦਾ, ਭਗੌੜਾ ਕਰੇ ਜਵਾਬ ਦੇਵੇ। ਲੈ ਤੂੰ ਮੈਂ ਠੀਕ ਹੈ ਇੱਥੇ ਬਹਿੰਦੇ ਹਾਂ ਉੱਥੇ ਬਹਿੰਦੇ ਹਾਂ ਅਤੇ ਇਹਨਾਂ ਨੂੰ ਸਾਰਿਆਂ ਨੂੰ ਬੈਠਣ ਦੇ ਵਿੱਚ ਅਤੇ ਤੂੰ ਜਵਾਬ ਦੇ। ਜਦੋਂ ਉਦੋਂ ਬੁਲਾਇਆ ਸੀ ਮੈਨੂੰ ਉੱਥੇ, ਉਦੋਂ ਕਿਹੜਾ ਆਉਂਦਾ ਸੀ ਉਹ ਮੇਰੇ ਕੋਲ? ਹੈਂ ਲੀਡਰ ਉਹਦੇ ਨਾਲ ਨਹੀਂ ਹੁੰਦੇ, ਲੀਡਰ ਕ੍ਰੈਡੀਬਿਲਿਟੀ ਨਾਲ ਹੁੰਦੇ ਆ। ਆ ਖੜੇ ਆ ਨਾ ਲੋਕ, ਕਿਉਂ ਖੜੇ ਆ? ਕਿਉਂਕਿ ਤੇਰੇ ਪਰਦੇ ਫਾਸ਼ ਹੋਣੇ ਦੇਖਣੇ ਚਾਹੁੰਦੇ ਆ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗੇ ਕਿੱਡੇ ਵੱਡੇ ਬਹਿਰੂਪੀ ਹੋ ਤੁਸੀਂ। ਤੁਹਾਡੇ ਨਕਾਬ ਉੱਠ ਕੇ ਡਿਮਾਂਡ ਸਰ CBI ਇਨਕੁਆਇਰੀ ਹੋਵੇ, ਜਿਹੜੀ ਦੂਲੋ ਸਾਹਿਬ ਨੇ ਕਹੀ, ਇਹਨਾਂ ਨੇ ਪਹਿਲਾਂ ਵੀ ਡਿਮਾਂਡ ਕੀਤੀ, ਲੇਕਿਨ ਅਸਲੀ ਡਿਮਾਂਡ CBI ਇਨਕੁਆਇਰੀ ਹੋਵੇ। ਜਿੰਨੇ ਸਕਾਲਰਸ਼ਿਪ, 20 ਲੱਖ ਬੰਦੇ ਇਫੈਕਟਡ, ਮੈਂ ਠੀਕ ਕਹਿ ਰਿਹਾ ਸਰ, 16 ਤੋਂ 20 ਲੱਖ ਬੰਦੇ ਇਫੈਕਟਡ, ਹਾਂਜੀ 16 ਤੋਂ 20 ਲੱਖ ਬੰਦੇ। ਆ ਜਿੰਨੀਆਂ ਐਕਸਾਈਜ਼ ਦੀਆਂ ਡਿਊਟੀਆਂ ਡਿਆਟੀਆਂ ਚੋਰੀਆਂ ਕਰਦੇ ਹੋ ਤੁਸੀਂ, ਲੋਕੀ ਮਾਰਤੇ, ਕੁੱਤਾ ਮਰ ਜੇ ਤੁਸੀਂ FIR ਕਰਾਉਣ ਨੂੰ ਫਿਰਦੇ ਹੋ, ਠੀਕ ਹੈ ਕਿ ਨਹੀਂ? ਤੇ ਬੰਦੇ ਮਰ ਗਏ ਕੋਈ ਜ਼ਿੰਮੇਵਾਰ ਨਹੀਂ ਹੈ, ਇਹ ਦੁੱਲੋ ਸਾਹਿਬ ਕਹਿ ਰਹੇ। ਮੈਂ ਨਾ ਕੋਈ ਹੋਵੇ, ਇਹ ਪਾਰਟੀਆਂ ਤੋਂ ਉੱਤੇ ਉੱਠ ਕੇ ਆ। ਤੁਸੀਂ ਬਦਲਾਵ ਕਰਨ ਆਏ ਸੀ ਭਗਵੰਤ ਮਾਨ ਸਾਹਿਬ, ਬਾਦ ਨਾਲੋਂ ਬੱਤਰ ਹੋ, ਬਾਦ ਨਾਲੋਂ ਬੱਤਰ। ਜਾ ਇਹ ਕਹਿ ਵੀ ਕਰਜ਼ਾ ਤੂੰ ਮੋੜੇਗਾ, ਜਾ ਇਹ ਕਹਿ ਤੇਰੇ ਕੋਲ ਇਨਕਮ ਹੈ, ਜਾ ਇਹ ਕਹਿ ਤੂੰ ਮਾਫੀਆ ਨਹੀਂ ਚਲਾਉਂਦਾ ਮਿੱਤਰਾ। ਇਹ ਕਰਜ਼ਾ ਲੈਣ ਦਾ ਸਾਈਕਲ ਹੈ ਕਿ ਪ੍ਰੋਮਿਸ ਕੋਈ ਫੁਲਫਿਲ ਨਹੀਂ ਹੋ ਰਿਹਾ। ਹਾਂਜੀ ਵਿਧਾਨ ਸਭਾ ਇੱਕ ਮੱਛੀ ਮਾਰਕੀਟ ਹੈ, ਹਾਂਜੀ ਤੇ ਡਾਈਵਰਟ ਕਰਨ ਲਈ, ਡਾਈਗਰੈਸ ਕਰਨ ਲਈ ਹੋਰ ਹੀ ਗੱਲਾਂ ਹੁੰਦੀਆਂ ਨੇ, ਇਹਨਾਂ ਮੁੱਦਿਆਂ ਤੇ ਕੋਈ ਡਿਸਕਸ਼ਨ ਨਹੀਂ ਹੁੰਦੀ। ਥੈਂਕ ਯੂ ਵੈਰੀ ਮਚ। ਸਵਾਲ ਔਰ ਹੈ, ਆਪ ਹੀ ਕੇ ਕਿਉਂ ਤੀਨ ਵਿਧਾਇਕ, ਚਾਹੇ ਵੋ GP ਥਾ, ਚਾਹੇ ਰਿੰਕੂ ਥਾ ਔਰ ਆਪ ਚੱਬੇਵਾਲ? ਮੈਂ ਆਪਣੀ ਬਾਤ ਕਰ ਸਕਦਾ, ਜੇਲੋ ਮੈਂ ਵੀ ਰੈਲੀ ਹੈ, ਫਾਈਨੈਂਸ਼ੀਅਲ ਅਕਾਊਂਟ ਵੀ ਸਾਰੇ ਬੰਦ, ਧੌਣ ਵੀ ਲੈ ਜੇ, ਜਿੱਥੇ ਜਮਾਨ ਦਿੱਤੀ ਖੜੂੰਗਾ। ਔਖਿਆਂ ਵਕਤਾਂ 'ਚ ਪਤਾ ਲੱਗਦਾ ਕਿਰਦਾਰਾਂ ਦਾ, ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ, ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ। ਬਦਲ ਦੂ ਇਹਨਾਂ ਨੂੰ, ਪਟੇ ਲਾ ਦੂ ਇਹਨਾਂ ਦੇ ਪਿੱਛੇ। ਤੂੰ ਕਹਿੰਦਾ ਇਨਕੁਆਇਰੀਆਂ, ਕਿਹੜੀ ਇਨਕੁਆਇਰੀ ਕੀਤੀ ਹੈ, ਕੀ ਰਿਕਵਰ ਕੀਤਾ ਤੂੰ? ਹੈ ਇਮਾਨਦਾਰੀ ਨਹੀਂ ਤੁਸੀਂ, ਆਹ ਲਕੋ ਲਕੋ ਤੁਸੀਂ ਦੇਖੋ, ਮਤਲਬ ਇੰਤਹਾ ਹੋ ਗਈ ਕਰਜ਼ੇ ਦੀ, ਇੰਤਹਾ ਤੋਂ ਪਾਰ ਹੋ ਗਏ। ਵੇਖੋ ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿ ਦਿੰਦਾ,
कुछ तो रही होंगी उनकी भी मजबूरियां, यूं ही चाह के तो कोई बेवफा नहीं होता। लेकिन लेकिन औखे वेले च यार दोस्त का पता लगता है, औखे वेले च तुहानू पता लगता थोड़े नाल कौन खड़ा है, ठीक है, उत्थे किरदार काम आउंदे आ। तसीहे सहन वाले ਕਿਹੜੇ ਆਉਂਦੇ ਸੀ ਭਗਤ ਸਿੰਘ ਕੋਲ, ਬੰਨ ਲੈਣਾ ਪੀਲੀ ਪੱਗ, ਤੇਰਾ ਕੀ ਤਿਆਗ ਹੈ ਧਰਤੀ ਤੇ, ਦੱਸ ਸਮਝਾ ਕੀ ਤਿਆਗ ਹੈ, ਹੈ? ਇਹ ਵਿਸ਼ਵਾਸ ਉਹਨਾਂ ਤੇ ਆਉਂਦਾ। ਮੈਨ ਆਫ ਜੀਨੀਅਸ ਆਰ ਐਡਮਾਇਰਡ, ਮੈਨ ਆਫ ਪਾਵਰ ਆਰ ਫੀਅਰਡ, ਬਟ ਮੈਨ ਆਫ ਕੈਰੈਕਟਰ ਆਰ ਟਰਸਟਡ। ਸਿੱਧੂ ਸਾਹਿਬ ਆਪ ਚੁਣਾਵ ਲੜੋਗੇ? ਮੈਂ 200 ਵਾਰ ਕਹਿ ਚੁੱਕਾ ਹੂੰ, ਅਗਰ ਮੈਨੇ ਚੁਣਾਵ ਲੜਨਾ ਹੀ ਹੋਤਾ ਤੋ ਮੈਂ ਕੁਰੂਕਸ਼ੇਤਰ ਸੇ ਲੜ ਲੇਤਾ ਨਾ, ਆਜ ਤੀਸਰੀ ਵਾਰ ਕਾ ਮੰਤਰੀ ਹੋਤਾ। अगर मेरी चाची के मुंह से होती तो मुझसे चाचा ना कहता तू। अगर टिकट की बात ही नहीं है, जब मैंने लोकसभा में जाना ही नहीं है, राज्यसभा किसी ने 5-6 साल की राज्यसभा छोड़ी है पंजाब के लिए, छोड़ी है, किसी ने मंत्रालय छोड़े हैं? कोई ऐसा बंदा हो जिसने मनमोहन सिंह जी की वेव में 3 इलेक्शन जीते और जब मोदी साहब की वेव आई गधे जीत गए, तब उसने कहा मैं एमपी नहीं लड़ूंगा, तो तुम कैसे मुझे कहोगे? एक मिनट, खत्म हो गई। आई विल नॉट, इट इज माई थिंग नो, आई रूल्ड इट आउट व्हेन जेटली साहब केम एंड फॉट फ्रॉम अमृतसर, डोंट यू थिंक सो? बट डू नॉट मेक दिस अ न्यूज, द न्यूज इज फ्रंट पेज, आई हैव अंडरलाइंड इट, द कंसीलमेंट। नो, हाउ मेनी टाइम्स डू आई वॉन्ट टू रिप्लाई? आई मीन आई हैव रिप्लाइड इट 2000 times, आई कैन सेंड यू अ वो वॉइस मैसेज भेज देता हूँ, सुनते रहना रोज यार। अब व्हाई डू यू डाइग्रेस? मुद्दा ये है गुरु, बिल्कुल ठोक के कह रहा हूँ, आज तो आपके सामने कह रहा हूँ। यार तुमने सुना है वो, दोबारा क्यों पूछ रहे हो? इससे मत फटको, मैं इसकी बात कर रहा हूँ, इसकी बात कर रहा हूँ। यार इसमें राजा बड़िंग का क्या कसूर है भाई? तुम टीआरपी बनाओगे? नहीं बननी, नवजोत सिद्धू का प्रधान है वो, टीआरपी मत बना। ये नहीं वाले हो ना, ये नहीं वाले, नेशनल यूज चाहिए, नहीं मिलेगी। पुलिस सवारी अपने समान दी, आप जिम्मेवार जो कैप्टन चले गए, मैं हैरानगी दी गल समझदा। मैं उदो कहा सी, राहुल जी ने मैनू पुछया, कहंदे इहदे नाल किन्ने जाणगे, मैं कहा जी घर वाली नहीं जांदी, नहीं गई। वह भी अज तक मापदंड तोल मोल रही है, इन्हां बंदियां नूं वोटां पैणगियां जिन्हां ने ਤੋਲ ਮੋਲ ਕੇ ਸੋਚ ਸਮਝ ਕੇ ਨਫਾ ਨੁਕਸਾਨ ਨਹੀਂ ਦੇਖਦਾ ਕਿਰਦਾਰ ਵਾਲਾ ਬੰਦਾ। ਜਿੱਥੇ ਖੜ ਗਿਆ ਅੰਗਦ ਦਾ ਪੈਰ ਹੁੰਦਾ ਧਰਮ ਦਾ, ਅਸੀਂ ਪੰਜਾਬ ਨਾਲ ਖੜੇ, ਕਿਸੇ ਉਹਦੇ ਨਾਲ ਨਹੀਂ ਖੜੇ, 100 ਦੇ ਥੁੱਕਦੇ ਆਹ ਮਰੇ ਇਹਦੇ ਕਹਿਣ ਨਾਲ। ਇਹਨੂੰ ਸੁਣੋ, ਕਹਿ 13-0 ਕਹਿੰਦਾ ਸੀ, ਕਹਿ ਨਾ ਤੂੰ 13-0, ਕਹਿ ਤੈਨੂੰ ਨੋਟਾਂ ਨਾਲੋਂ ਘੱਟ ਵੋਟਾਂ ਮਿਲੀਆਂ। ਉਹ ਪੋਟਾ, ਲੋਕੀ ਕਹਿੰਦੇ ਪੋਟਾ ਲਾਉਣੇ ਆ ਜਿਹਨੂੰ ਵੋਟਾਂ ਪਾਈਆਂ, ਉਹ ਸ਼ਰਮ ਕਰ ਕੁਛ, ਇੱਕ ਸੀਟ ਹੈ ਤੁਹਾਡੀ। ਉਹ ਕਹਿੰਦੇ ਨਾ ਨੋਇਸ ਡਸ ਨਾਟ ਪ੍ਰੂਵ ਐਨੀਥਿੰਗ, ਅੰਗਰੇਜ਼ੀ ਵਾਲੇ ਸਮਝਣਗੇ, ਪਲੀਜ਼ ਲਿਸਨ ਟੂ ਮੀ, ਨੋਇਸ ਡਸ ਨਾਟ ਪ੍ਰੂਵ ਐਨੀਥਿੰਗ। ਇਹ ਵੀ ਮਾਰਦਾ ਨਾ ਚੁਟਕਲੇ ਜੇ, ਮੈਂ ਵੀ ਦੱਸ ਦਿੰਦਾ ਤੁਹਾਨੂੰ, ਸਿੱਧੂਇਜ਼ਮ ਹੈ। ਨੋਇਸ ਡਸ ਨਾਟ ਪ੍ਰੂਵ ਐਨੀਥਿੰਗ, ਈਵਨ ਅ ਹੈਨ ਵਾਇਲ ਲੇਇੰਗ ਐਨ ਐਗ ਕੈਕਲਸ ਐਜ਼ ਇਫ ਸ਼ੀ ਇਜ਼ ਲੇਇੰਗ ਐਨ ਐਸਟੇਰੋਇਡ। ਅਸੀਂ ਨਾ ਮੁਰਗੀ ਵੀ ਕਈ ਵਾਰ ਇੰਨਾ ਕੁੜਕੁੜ ਕਰਦੀ ਵੀ ਆਂਡਾ ਨਹੀਂ ਦੇ ਰਹੀ, ਐਸਟੇਰੋਇਡ ਦੇ ਰਹੀ ਹੈ ਥੱਲੇ। ਤੁਰ ਫਿਰੇ ਮੂੰਹ ਤੇਰੇ ਰੌਲਾ ਪਾਉਣ ਵਾਲੇ ਦੇ। ਗਲਤ ਗੱਲ, ਦੇਖੋ ਇੱਕ ਗੱਲ ਨੂੰ ਯਾਦ ਰੱਖੋ, ਪ੍ਰਧਾਨ ਤੇ ਗੱਲ ਨਾ ਪਾਓ, ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ।
ਤੁਸੀਂ ਅਹੁਦੇ ਲੈਣ ਜਾ ਰਹੇ ਹੋ, ਤੁਸੀਂ ਐਮਪੀ ਬਣਨ ਜਾ ਰਹੇ ਹੋ, ਤੇ ਫਿਰ ਤੁਸੀਂ ਕਿਧਰਲੇ ਪਾਸਿਓਂ ਤੁਹਾਡੇ ਸਰਕਾਰ ਦੇ ਪੁਰ ਲਾ ਕੇ ਹੋਏ? ਰਾਹੁਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਜਾਣ, ਕਿਹਨੇ ਮਿੰਨਤਾਂ ਕੱਢਣੀ ਹੈ। ਲੇਕਿਨ ਅਸੀਂ ਹਰੇਕ ਨੂੰ ਨਾਲ ਲਾ ਕੇ ਰੱਖਣ ਦੀ ਗੱਲ ਕੀਤੀ, ਅਸੀਂ ਕਿਸੇ ਨੂੰ ਨਹੀਂ ਕਿਹਾ, ਮੈਂ ਕਦੇ ਕਿਸੇ ਨੂੰ ਨਹੀਂ ਕਿਹਾ। ਆਹ ਮੇਰੇ ਵੇਲੇ ਇੰਡਿਸਿਪਲਿਨ 100 ਕਰ ਜਾਂਦੇ, 36,000 ਵਰਕਰ ਬੋਲੇ, ਮੇਰੇ ਭਰਾ ਨੇ, ਉਹਨਾਂ ਨੂੰ ਬੋਲਣ ਦਾ ਹੱਕ ਹੈ, ਡੈਮੋਕ੍ਰੇਸੀ ਇੰਟਰਨਲ, ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ, ਇਹਨਾਂ ਨੂੰ ਠੋਕਦਾ। ਸਿੱਧੂ ਸਾਹਿਬ ਮੁੱਦਾ ਹੀ ਨਹੀਂ ਗਏ, ਮੁੱਦਾ ਆ ਹੈ, ਕਹਿਣਾ ਭਗਵੰਤ ਮਾਨਾ ਆ ਚੋਰੀ ਕੀਤੀ ਕਿ ਨਹੀਂ ਕੀਤੀ, ਇਹ ਲਾ ਨਾ ਨਿਊਜ਼, ਜੀਪੀ ਤਾਂ ਬਹੁਤ ਲਾ ਲਈ ਤੁਸੀਂ, ਬਾਸੀ ਹੋ ਗਈ, ਬਾਸੀ ਨਿਊਜ਼ਾਂ ਨੂੰ ਕਿਉਂ ਚਮਕਾਈ ਜਾਂਦਾ? ਸਿੱਧੂ ਸਾਹਿਬ ਹਰਿਆਣਾ ਦੇ ਵਿੱਚ, ਸਿੱਧੂ ਸਾਹਿਬ ਆਹ ਦੇਖੋ ਬੌਂਡ ਲਏ ਹੋਏ ਨੇ, ਇਹਨਾਂ ਨੇ ਬੌਂਡ ਲਈ ਹੈ ਮੈਡਮ, ਲਗਾ ਨਾ ਬੌਂਡ ਹੀ ਲਈ ਹੈ ਇਹਨਾਂ ਨੇ, ਇਹ ਜੋ 31,000 ਦਿਖਾ ਰਹੇ ਹੋ ਬੈਂਕ, ਬਾਕੀ ਬੌਂਡ ਹੈ 47,000 crore, ਇਟਸ ਅ ਰਿਕਾਰਡ, ਨਾਟ ਬਾਈ ਐਨੀ ਸਟੈਂਡਰਡ, ਬਾਈ ਮਾਈਲਸ, 20,000 crore ਤੇ ਸਿੱਧਾ 47,000 crore, ਪੜੋ ਇਹ ਵੰਡਦੇ। ਸਿੱਧੂ ਸਾਹਿਬ ਹਰਿਆਣਾ ਦੇ ਵਿੱਚ ਜਾ ਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਅਲਾਇੰਸ ਹੋ ਜਾਂਦਾ, ਇੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣੇ ਸਾਹਮਣੇ ਹੈ, ਦੇਖੋ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਮੈਂ ਪਹਿਲਾਂ ਵੀ ਦੇਖ ਚੁੱਕਿਆ, ਪਰ ਮੈਂ ਉਹ ਗੱਲ ਨਹੀਂ ਕਰਨੀ ਕਿਉਂਕਿ ਇਹ ਟਲ ਜੂ। ਚੀਫ ਮਿਨਿਸਟਰ ਦਾ ਕੈਂਡੀਡੇਟ, ਪ੍ਰਾਈਮ ਮਿਨਿਸਟਰ ਦੇ ਕੈਂਡੀਡੇਟ ਨੂੰ ਬਿਲਕੁਲ ਫਰਕ, ਉੱਤੇ ਫਰਕ, ਬੜੀਆਂ ਥਾਵਾਂ ਤੇ ਸੀਜ਼ ਫਾਇਰ ਹੋਏ ਨੇ। ਰਾਈਟ, ਥੈਂਕ ਯੂ ਵੈਰੀ ਮਚ।